ਵਰਦੇ ਮੀਂਹ 'ਚ ਫਰਸ਼ 'ਤੇ ਪਿਆ ਇਹ ਨੌਜਵਾਨ। ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਪਹਿਲੀ ਨਜ਼ਰ ਤੋਂ ਏਦਾਂ ਜਾਪਦਾ ਹੈ ਜਿਵੇਂ ਕਿ ਇਹ ਉੱਤੋਂ ਡਿੱਗਿਆ ਹੋਵੇ, ਪਰ ਏਦਾਂ ਨਹੀਂ ਹੈ। ਦੂਜਾ, ਨਾ ਤਾਂ ਇਹ ਘਰ ਦਾ ਮਾਲਕ ਹੈ, ਨਾ ਹੀ ਕੋਈ ਰਿਸ਼ਤੇਦਾਰ ਤੇ ਨਾ ਹੀ ਕੋਈ ਕੰਮ ਵਾਲਾ। ਫਿਰ ਇਹ ਲਾਸ਼ ਕਿਸ ਦੀ ਹੈ? ਇਹ ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਫੱਤੂ ਵਾਲਾ ਦਾ, ਜਿੱਥੇ ਦੀ ਰਹਿਣ ਵਾਲੀ ਬਲਜਿੰਦਰ ਕੌਰ, ਜੋ ਕਿ ਇਸ ਘਰ ਦੀ ਮਾਲਕਣ ਹੈ, ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਇਸ ਦਾ ਮੁੰਡਾ ਫੌਜ ਵਿੱਚ ਹੈ। ਘਰ 'ਚ ਇਕੱਲੀ ਹੋਣ ਕਾਰਨ ਕਦੀ ਇਹ ਆਪਣੇ ਪੇਕਿਆਂ ਨੂੰ ਤੁਰ ਜਾਂਦੀ ਹੈ ਤੇ ਕਦੀ ਆਪਣੀ ਵਿਆਹੀ ਧੀ ਦੇ ਘਰ। ਬੀਤੇ ਦਿਨ ਇਹ ਆਪਣੇ ਘਰ 'ਚ ਨਹੀਂ ਸੀ। ਅਗਲੇ ਦਿਨ ਜਦ ਇਹ ਬੀਬੀ ਆਪਣੇ ਘਰ ਪਹੁੰਚੀ ਤਾਂ ਅੰਦਰ ਦਾ ਸੀਨ ਵੇਖ ਕੇ ਇਸ ਦੇ ਤੌਰ ਭੋਰ ਭੁੱਲ ਗਏ। ਤੇ ਇਹ ਕੱਲ ਤੁਸੀਂ ਘਰ ਨਹੀਂ ਸੀ ਜਦੋਂ ਇਹ ਚੋਰ ਅੰਦਰ ਵੜਿਆ? ਜਿਹੜਾ ਮੈਂ ਪਰਸੋਂ ਆਈ ਆ, ਪਹਿਲਾਂ ਵੀ ਚੋਰੀ ਹੋਈ ਸੀ ਇੱਕ ਦਿਨ ਪਹਿਲੋਂ, ਫਿਰ ਮੈਂ ਆ ਕੇ ਪਰਦੀ ਕਰਵਾਈ ਆ। ਪਰਦੀ ਕਰਵਾ ਕੇ ਤੇ ਮੈਂ ਉੱਧਰ ਜਾ ਕੇ ਸੌਂਦੀ ਆ। ਪਰਸੋਂ ਦੀ ਪਰਦੀ ਹੋਈ, ਮੈਂ ਨਾਲ ਦੇ ਘਰ ਦੇ ਸੌਂਦੀ ਸੀਗੀ। ਸਵੇਰੇ ਮੈਂ 7 ਵਜੇ ਤੇ ਵੇਖਿਆ ਸੁਣਤਾ ਆ। ਮਤਲਬ ਕਿ ਰਾਤੀ ਅੰਦਰ ਆਇਆ ਤੇ ਤੁਸੀਂ ਉਦੋਂ ਘਰ ਨਹੀਂ ਹੈਗੇ ਸੀਗੇ ਤੇ ਇੱਥੇ ਮਰਿਆ ਪਿਆ ਸੀ? ਹਾਂਜੀ, ਮੈਂ ਤਾਂ ਸੁਬਹ ਵੇਖਿਆ 7 ਵਜੇ। ਫਿਰ ਤੁਸੀਂ ਪੁਲਿਸ ਨੂੰ ਜਾਂ ਪਿੰਡ 'ਚ ਰੌਲਾ ਪਾਇਆ? ਮੈਂ ਸਰਪੰਚ ਨੂੰ ਦੱਸਿਆ, ਮੇਰਾ ਲੜਕਾ ਕਿਹੜਾ ਨਸ਼ਾ ਵਗੈਰਾ ਕਰਦਾ ਤੇ ਜਦੋਂ ਆਂਦਾ ਵੀ ਮੈਂ ਆਪਣੀ ਦਿਹਾੜੀ ਦੱਪਾ ਕਰਕੇ ਘਰੇ ਆਇਆ ਸੀਗਾ, ਉਸ ਟਾਈਮ ਇਹ ਘਰੇ ਸੀਗਾ, ਨਸ਼ਾ ਕੀਤਾ ਤੇ ਔਰ ਨਸ਼ੇ ਦੇ ਵਿੱਚ ਸੀਗਾ। ਉਸ ਤੋਂ ਬਾਅਦ ਇਹ ਆਉਂਦੇ ਨੇ ਵੀ ਸਾਨੂੰ ਨਹੀਂ ਪਤਾ ਲੱਗਾ ਵੀ ਇਹ ਕਦੋਂ ਉੱਠ ਕੇ ਇਹ ਆ ਗਿਆ। ਇਹਨਾਂ ਦਾ ਕਿਹੜਾ, ਇਹ ਆਪਣੇ ਬਲਜਿੰਦਰ ਕੌਰ ਜਿਹੜੀ ਆ, ਇਹਨਾਂ ਦੇ ਘਰ ਵਾਲਾ ਦੀ ਡੈਥ ਹੋਈ। ਡੈਥ ਹੋਣ ਤੋਂ ਬਾਅਦ ਇਹਨਾਂ ਦਾ ਕਿਹੜਾ ਲੜਕਾ ਸੀਗਾ ਉਹ ਆਰਮੀ 'ਚ ਭਰਤੀ ਹੋ ਗਿਆ। ਭਰਤੀ ਹੋਣ ਤੋਂ ਬਾਅਦ ਕਿਹੜੀ ਇਹਨਾਂ ਦੀ ਦੁਕਾਨ ਸੀ, ਇਹ ਆਪ ਪਹਿਲਾਂ ਕਿਰਾਏ 'ਤੇ ਕਿਰਾਏ ਦੀ ਕਰਦੇ ਸੀਗੇ, ਉਸ ਤੋਂ ਬਾਅਦ ਇਹਨਾਂ ਨੇ ਕਿਰਾਏ 'ਤੇ ਦੇ ਦਿੱਤੀ। ਕਿਰਾਏ 'ਤੇ ਦੇਣ ਤੋਂ ਬਾਅਦ ਫਿਰ ਇਹ ਕਿਹੜੀ ਇਕੱਲੀ ਔਰਤ ਹੋਣ ਕਰਕੇ ਕਦੀ ਆਪਦੇ ਪੇਕੇ ਪਿੰਡ ਚਲੀ ਜਾਂਦੀ ਸੀਗੀ ਅਤੇ ਕਦੀ ਆਪਣੀ ਲੜਕੀ ਕੋਲ ਰਹਿਣ ਲੱਗ ਪਈ ਸੀ, ਕਿਉਂ ਘਰ ਬੰਦ ਹੋਣ ਕਰਕੇ ਵੀ ਕਿਹੜਾ ਚੋਰਾਂ ਨੂੰ ਮੌਕਾ ਮਿਲਦਾ ਰਿਹਾ। ਅਤੇ ਇਹਨਾਂ ਦੇ ਕਹਿਣ ਮੁਤਾਬਕ ਵੀ ਅੱਗੇ ਵੀ 2-3 ਵਾਰ ਚੋਰੀ ਹੋਈ। ਇਹ ਮੁੰਡਾ ਨਿਰਮਲ ਸਿੰਘ ਈਡੀਐਸ ਨੀਮਾ, ਪੁੱਤਰ ਛਿੰਦਾ ਸਿੰਘ, ਕਿਉਂ ਲੋਨ ਜ਼ਿਆਦਾ ਹੋਣ ਕਰਕੇ ਨਹੀਂ ਉਹਨੂੰ ਕਦੇ ਸੰਭਾਲ ਹੋ ਸਕਿਆ। ਪੁਲਿਸ ਦੇ ਮੁਤਾਬਕ ਜਿਵੇਂ ਕਿ ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਕਹਿਣਾ ਹੈ ਕਿ ਮੁੰਡਾ ਨਸ਼ਾ ਕਰਦਾ ਸੀ ਤੇ ਨਸ਼ੇ ਕਰਕੇ ਹੀ ਇਸਨੇ ਇਹ ਕੰਮ ਕੀਤਾ ਹੋ ਸਕਦਾ ਹੈ। ਪਤਾ ਨਹੀਂ ਪੰਜਾਬ ਦੇ ਹੋਰ ਕਿੰਨੇ ਕੁ ਨੌਜਵਾਨ ਨਿਤ ਦਿਨ ਇਸ ਨਸ਼ੇ ਦੀ ਭੇਡ ਚੜ੍ਹਦੇ ਰਹਿਣਗੇ, ਪਰ ਸਰਕਾਰਾਂ ਤਾਂ ਕਹਿੰਦੀਆਂ ਨੇ ਕਿ ਉਹਨਾਂ ਨੇ ਤਾਂ ਨਸ਼ੇ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਹਕੀਕਤ ਟੀਵੀ ਪੰਜਾਬੀ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।